ਵੋਟ ਸ਼ੇਰ ਨੂੰ ਦਾਂਗੇ ਸ਼ੇਰ ਨੂੰ ਪੀਡੀਆ ਨੂੰ ਕਿਉਂ ਨੇ ਪੀਡੀਆ ਮੰਗਾਈ ਨਹੀਂ ਕਾਇ ਹੋ ਜਾਣ ਰੋਟੀਆਂ ਬਾਜ਼ਾਰ ਹੋਏ ਵੋਟ ਇਨਸ਼ਾਅੱਲਾ ਇਨਕੋ ਦੇਗੇ ਸ਼ੇਰ ਕੋ ਦੇਗੇ ਪੀਡੀਆ ਆਪ ਇਸਕਾ ਮਤਲਬ ਪੀਡੀਆ ਕੋ ਵੋਟ ਦੇਂਗੇ ਹਾਂ ਜੀ ਪੀਡੀਆ ਕੋ ਨਹੀਂ ਨਹੀਂ ਲੋਟ ਸ਼ੀਟਿੰਗ ਕਾ ਕੋਈ ਮਸਲਾ ਨਹੀਂ ਠੀਕ ਹੈ ਸ਼ੁਕਰ 60 ਰੁਪਏ ਲੀਟਰ ਤੇਲ ਸੀ ਅਸੀਂ ਬੱਚਿਆਂ ਦੀ ਰੋਟੀ ਕਮਾ ਸਕਨੇ ਹਾਂ ਹੁਣ 120 ਰੁਪਏ ਲੀਟਰ ਤੇਲ ਦੇ ਜਾਂ ਭਾਈ ਮੰਗਾਈ ਨਹੀਂ ਕੋ ਗਈ ਹੈ ਅਗੇ 8 ਰੁਪਏ ਦਾ ਆਟੇ ਦਾ ਗੁੱਥਾ ਹੀ ਹੋ ਜਾਂਦਾ 1100 ਰੁਪਏ ਦਾ ਤੇ ਅਸੀਂ ਨਹੀਂ ਵੋਟ ਕਰ ਸਕਦੇ ਇਹ ਚੀਜ਼ਾਂ ਜੀ ਵੋਟ ਦੇਵਾਂਗੇ ਨਵਾਜ਼ ਸ਼ਰੀਫ ਪੀਡੀਆਈ ਨੂੰ ਵੀ ਆਉਂਦੇ ਪੀਟੀਆਈ ਨੇ ਜੋ ਹਾਲਾਤ ਕਰ ਛੱਡੇ ਨੇ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਇਸ ਹਾਲਾਤ ਵਿੱਚ ਕਿਹੜਾ ਬੰਦਾ ਖੁਸ਼ ਹੋ ਸਕਦਾ ਇਸ ਤੋਂ ਪਹਿਲੀ ਜਿਹੜੀ ਹਕੂਮਤ ਦੇ ਖੁਸ਼ਰਾਮ ਪਟੇਲ ਗੱਚ ਇਲੈਕਸ਼ਨ ਹੋ ਰਿਹਾ ਵੋਟ ਕਿਹਨੂੰ ਦੋ ਵੋਟ ਇਮਰਾਨ ਖਾਨ ਕੋ ਦੇ ਨੂਨ ਲੀਗ ਕੋ ਕਿਉਂ ਨੇ ਬਸ ਹਮਾਰਾ ਮਰਜ਼ੀ ਹੈ ਨਹੀਂ ਉਹ ਤਾਂ ਹੈ ਕੋਈ ਰੀਜ਼ਨ ਹੁੰਦੀ ਹੈ ਕਿ ਆਪ ਉਸਕੀ ਹਕੂਮਤ ਸੇ ਖੁਸ਼ ਕਿਉਂ ਨਹੀਂ ਆਪ ਹਮ ਉਸਕੀ ਹਕੂਮਤ ਸੇ ਖੁਸ਼ ਨਹੀਂ ਇਮਰਾਨ ਖਾਨ ਸੇ ਖੁਸ਼ ਹੈ ਉਹ ਲੇਕਿਨ ਇਹ ਵੀ ਤਾਂ ਲੋਕ ਕਹਿ ਰਹੇ ਮਹਿੰਗਾਈ ਬਹੁਤ ਕਰ ਦਈ ਹੈ ਇਸਨੇ ਇਸਕੇ ਇਲਾਵਾ ਹੋਰ ਵੀ महंगाई कोई नहीं है भाई हम मजदूरी करते हैं अच्छा खाते हैं अच्छे पीते हैं महंगाई कोई नहीं कोई नहीं नहीं आप इसका मतलब पीटीआई को वोट दें हाँ जी पीटीआई को वोट दें इसके अलावा लोड शेडिंग के बारे में आप क्या लोड शेडिंग तो हो रहा है भाई ये इधर तो बहुत कम हो रहे मतलब है ना थोड़ा बहुत हो रहा है इतना इतना ज़्यादा नहीं इतना ज़्यादा नहीं है नवाज शरीफ की हुकूमत में काफ़ी ज़्यादा होता था काफ़ी ज़्यादा होता था हाँ लेकिन कुछ लोग तो उल्टा कह रहे हैं कि नवाज शरीफ हुकूमत में लाइट बहुत कम ख़त्म ही हो गई थी जानी लेकिन अब आगे इसकी हुकूमत में भी पहले दो साल नहीं गई लेकिन अब आगे शुरू हो गई है यार हम तो ये इधर रहते पक्की कोल्डी में जी जी अगर लाइट चले जाते 10 मिनट के लिए 15 मिनट के लिए वापस आ जाते तो आपके लिए इतना बड़ा मसला नहीं लाइट लोड शेडिंग इतनी नहीं है नहीं लोड शेडिंग का कोई मसला नहीं ठीक है शुक्रिया अल्लाह हल गए इलेक्शन हो रहा वोट वोट इंशाल्लाह इनको देंगे शेर को देंगे पीटीआई को क्यों नहीं बस ये हर एक आदमी की अपनी तबीयत है उसके मुताबिक हम शेर को ही देंगे वैसे आप जो पीटीआई की हुकूमत है इससे खुश हैं कि नहीं हुकूमत से तो खुश नहीं है इसलिए कि कुछ फैसले ऐसे हैं जो कि कौमी सलामती के बिल्कुल ख़िलाफ़ हैं इसलिए उन फैसलों पर नज़रसानी करनी चाहिए और हमारी गुजारिश भी यही है तो उन फैसलों पर नज़रसानी की जाए और कौमी सलामती को सामने रखा जाए अपने मफाद को सामने ना रखा जाए इसके अलावा लोड शेडिंग जो है उससे उसके बारे में आपका क्या हाल है ख्याल है लोड शेडिंग अगर इस वजह से है कि पाकिस्तान में असबाब नहीं है बिजली बनाने के तो उसकी फ़िक्र करनी चाहिए और इसमें फिर किसी का कसूर नहीं है कसूर इंतज़ामिया का है और अगर लोड शेडिंग सिर्फ आवाम को तंग करने की वजह से है तो इसके लिए मजबूत पॉलिसी बनानी चाहिए ताकि आइंदा के लिए इस किस्म की परेशानी आवाम को ना हो मेहरबानी अल्लाह शुक्रिया डेल गेच इलेक्शन हो रहा वोट किनू दोगे वोट शेर नू दांगे शेर नू पीडीआई नू क्यों ने पीडीआ मंगाई ने का है जो जा रोटी आवाज आ रहे हैं यहां रोटी तो आवाज आ रहे हैं लेकिन नवाज शरीफ की हुकूमत भी कहंदे ने लूट के खा गए हां थोड़ा इमरान कह रहा मुन्नू थोड़ा टाइम दो मैं ठीक कर दांगा मगर हाल लगता है सही होया कोने 3 साल हो चले ने ते ਸਾਡੇ ਨਾਲ ਮਰਾਨ ਹੈ ਜ਼ਰਦਾਰੀ ਹੈ ਜਾਂ ਮੁਸ਼ਰਫ ਹੈ ਸਾਨੂੰ ਇਹ ਚੀਜ਼ ਦਾ ਕੋਈ ਨਹੀਂ ਮਗਰ ਮਹਿੰਗਾਈ ਦਾ ਕੰਟਰੋਲ ਹੋਣਾ ਚਾਹੀਦਾ ਹੈ ਕਿਉਂਕਿ ਉਹਦੇ ਕਮ ਤੋਂ ਕਮ 65 ਰੁਪਏ ਲੀਟਰ ਤੇਲ ਸੀ ਅਸੀਂ ਬੱਚਿਆਂ ਦੀ ਰੋਟੀ ਕਮਾ ਸਕਦੇ ਹਾਂ ਹੁਣ 120 ਰੁਪਏ ਲੀਟਰ ਤੇਲ ਦੇ ਜਾਂ ਭਾਈ ਮਹਿੰਗਾਈ ਇੰਨੀ ਹੋ ਗਈ ਹੈ ਅਗੇ 8 ਰੁਪਏ ਦਾ ਆਟੇ ਦਾ ਗੁੱਥਾ ਹੀ ਹੋ ਜਾਂਦਾ 1100 ਰੁਪਏ ਦਾ ਤੇ ਅਸੀਂ ਨਹੀਂ ਫੋਰਡ ਕਰ ਸਕਦੇ ਇਹ ਚੀਜ਼ਾਂ ਪੀਟੀਆਈ ਦਾ ਨੂਨ ਲੀਗ ਦਾ ਵੋਟ ਨੂਨ ਲੀਗ ਦਾ ਇਸ ਤੋਂ ਇਲਾਵਾ ਲੋਡ ਸ਼ੇਡਿੰਗ ਦੇ ਬਾਰੇ ਤੁਹਾਡਾ ਕੀ ਹਾਲ ਲੋਡ ਸ਼ੇਡਿੰਗ ਵੇਖ ਲਓ ਮੁਸ਼ਰਫ ਤੋਂ ਦੌਰ ਤੋਂ ਲੈ ਕੇ ਜਾਂ ਹੈ ਜ਼ਰਦਾਰੀ ਦੌਰ ਤੋਂ ਲੈ ਕੇ ਫਿਰ ਅੱਗੋਂ ਆਜੋ ਨਵਾਜ਼ ਸ਼ਰੀਫ ਦੋ ਇੱਕ ਵਾਰ ਗਿਆ ਇਮਰਾਨ ਖਾਨ ਦੋ ਹੈ ਤੇ ਲੋ ਸ਼ੂਟਿੰਗ ਮੈਂ ਉਹਨੇ ਸਹੀ ਕੀਤੀ ਨੇ ਸ਼ੇਰ ਨਹੀਂ ਹੁਣ ਫੇਰ ਤੰਗ ਆ ਰਹੀ ਹੈ ਬਹੁਤ ਜ਼ਿਆਦਾ ਤੰਗ ਆ ਰਹੀ ਹੈ ਪਰ ਤੁਸੀਂ ਤੰਗ ਹੋ ਲੋਡ ਸ਼ੇਡਿੰਗ ਤੋਂ ਵੀ ਕਾ ਬਹੁਤ ਜ਼ਿਆਦਾ ਤੰਗ ਮਿਹਰਬਾਨੀ ਸ਼ੁਕਰੀਆ ਅੱਲਾਹ ਹਾਫਿਜ਼ ਸਲਾਮ ਅਲੈਕੁਮ ਵਾਲੇਕੁਮ ਸਲਾਮ ਤੁਹਾਡੇ ਹਲਕੇ 'ਚ ਇਲੈਕਸ਼ਨ ਹੋ ਰਿਹਾ ਵੋਟ ਕਿਹਨੂੰ ਦੋਗੇ ਅਸੀਂ ਤੇ ਸਾਹ ਜੀ ਵੋਟ ਦੇਵਾਂਗੇ ਨਵਾਜ਼ ਸ਼ਰੀਫ ਪੀਡੀਆਈ ਨੂੰ ਵੀ ਆਉਂਦੇ ਪੀਡੀਆਈ ਨੇ ਜੋ ਹਾਲਾਤ ਕਰ ਛੱਡੇ ਨੇ ਤੁਹਾਡੇ ਸਾਹਮਣੇ ਮਹਿੰਗਾਈ ਇਤਨੀ ਜ਼ਿਆਦਾ ਹੈ ਕਾਰੋਬਾਰ ਹੈ ਨਹੀਂ ਪਰੇਸ਼ਾਨੀ ਪਰੇਸ਼ਾਨੀ ਹੈ ਹਰ ਤਰ੍ਹਾਂ ਲੇਕਿਨ ਇਹ ਵੀ ਤਾਂ ਕਹਿੰਦੇ ਨੇ ਉਹ ਪਿਛਲੀ ਹਕੂਮਤ ਲੁੱਟ ਕੇ ਖਾ ਗਈ ਮੁਲਕ ਨੂੰ ਮਤਲਬ ਕਰਜ਼ਾ ਬਹੁਤ ਹੈ ਮੁਲਕ 'ਤੇ ਉਹਦੀ ਵਜ੍ਹਾ ਤੋਂ ਮਹਿੰਗਾਈ ਹੈ ਥੋੜ੍ਹਾ ਟਾਈਮ ਲੱਗੇਗਾ ਲੇਕਿਨ ਠੀਕ ਹੋ ਜਾਏਗਾ ਆਹਿਸਤਾ ਆਹਿਸਤਾ ਸਾਹ ਜੀ ਇੱਥੇ ਜਿਹੜੇ ਜਾਂਦੇ ਹੋਏ ਇਹੀ ਕਹਿੰਦੇ ਕਿ ਥੋੜ੍ਹਾ ਟਾਈਮ ਲੱਗੇਗਾ ਆਪਣੇ ਹਿਸਾਬ ਨਾਲ ਉਹ ਸਹੀ ਨੇ ਲੇਕਿਨ ਮੀਆਂ ਸਾਹਿਬ ਦੇ ਦੌਰ ਦੇ ਵਿੱਚ ਇੰਨੀ ਮਹਿੰਗਾਈ ਨਹੀਂ ਸੀ ਹੈ ਠੀਕ ਹੈ ਕਾਰੋਬਾਰ ਸੈੱਟ ਹੈ ਹਰ ਬੰਦਾ ਖੁਸ਼ਹਾਲ ਹੈ ਅਸੀਂ ਰੋਜ਼ੀ ਕਮਾਉਂਦੇ ਸੀ ਆਪਣੇ ਬੱਚਿਆਂ ਦੀ ਪਰੇਸ਼ਾਨੀ ਨਹੀਂ ਸੀ ਹੈ ਹੁਣ ਹਰ ਬੰਦਾ ਹੀ ਪਰੇਸ਼ਾਨ ਸੀ ਇਹਦਾ ਮਤਲਬ ਕਾਫੀ ਮਾਯੂਸ ਹੋ ਮੌਜੂਦਾ ਹਕੂਮਤ
ਬਹੁਤ ਪਰੇਸ਼ਾਨ ਹੈ ਹੋਰ ਨੋਨ ਲੀਗ ਦਾ ਇਨਸ਼ਾਅੱਲਾ ਇਸ ਤੋਂ ਇਲਾਵਾ ਜਿਹੜੀ ਲੋਡ ਸ਼ੈਡਿੰਗ ਹੈ ਉਹਦੇ ਬਾਰੇ ਵੀ ਤੁਹਾਡਾ ਕੀ ਖਿਆਲ ਹੈ ਤੰਗ ਆ ਰਹੀ ਹੈ ਕਿ ਲੋਡ ਸ਼ੈਡਿੰਗ ਤੇ ਬਹੁਤ ਜ਼ਿਆਦਾ ਤੰਗ ਆ ਰਹੀ ਤੰਗ ਆ ਰਹੀ ਮਤਲਬ ਕਿ ਲਾਈਟ ਜਾ ਰਹੀ ਹੈ ਕਾਫੀ ਤੰਗ ਉਸਦੇ ਹਾਂਜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਲਾਈਟ ਦੀ ਵਜ੍ਹਾ ਸ਼ੁਕਰੀਆ ਮਿਹਰਬਾਨੀ ਅਸਲਾਮੁਅਲੈਕਮ ਵਾਲੇਕੁਮ ਸਲਾਮ ਤੁਹਾਡੇ ਹਲਕੇ 'ਚ ਇਲੈਕਸ਼ਨ ਹੋ ਰਿਹਾ ਵੋਟ ਕਿਹਨੂੰ ਦਿਓ ਵੋਟ ਇਹ ਕਿਸਮਤ ਦੀ ਗੱਲ ਹੈ ਜਿਹਦੇ ਨਸੀਬ 'ਚ ਹੋਏਗਾ ਉਹਨੂੰ ਹੀ ਦਿਆਂਗੇ ਇਨਸ਼ਾਅੱਲਾ ਕਿਸਮਤ ਦੀ ਦਿਆ ਤੁਹਾਡਾ ਕੀ ਇਰਾਦਾ ਕਿਹਨੂੰ ਵੋਟ ਦਿਓਗੇ ਅਜੇ ਤੱਕ ਤਾਂ ਕੋਈ ਜ਼ਿਹਨ ਨਹੀਂ ਬਣਿਆ ਤੁਸੀਂ ਉਂਝ ਇਮਰਾਨ ਖਾਨ ਦੀ ਮੌਜੂਦਾ ਹਕੂਮਤ ਤੋਂ ਖੁਸ਼ ਹੋ ਆਹ ਬੜੇ ਖੁਸ਼ ਹਾਂ ਬਹੁਤ ਖੁਸ਼ ਹੋ ਹਾਂਜੀ ਬਹੁਤ ਖੁਸ਼ ਹਾਂ ਤੰਦਰੀਆ ਖੁਸ਼ ਹੋ ਕੇ ਵਾਕਈ ਖੁਸ਼ ਹੋ ਬਸ ਜੋ ਵੀ ਚੱਲ ਰਿਹਾ ਤੁਹਾਨੂੰ ਪਤਾ ਹੀ ਤੁਸੀਂ ਖੁਦ ਸਮਝਦਾਰ ਹੋ ਮੈਂ ਤੁਹਾਡੀ ਰਾਏ ਮੰਗ ਰਿਹਾ ਠੀਕ ਹੈ ਤੁਹਾਨੂੰ ਪਤਾ ਇਸ ਹਾਲਾਤ ਵਿੱਚ ਕਿਹੜਾ ਬੰਦਾ ਖੁਸ਼ ਹੋ ਸਕਦਾ ਇਸ ਤੋਂ ਪਹਿਲੀ ਜਿਹੜੀ ਹਕੂਮਤ ਸੀ ਨਵਾਜ਼ ਸ਼ਰੀਫ ਦੀ ਉਹਦੇ ਹਕੂਮਤ ਦੌੜ ਹਕੂਮਤ 'ਚ ਖੁਸ਼ ਹੋ ਤਰ੍ਹਾਂ ਇਹ ਸਾਰੇ ਮਾਸ਼ਾਅੱਲਾ ਆਪਣੀ ਜਗ੍ਹਾ ਠੀਕ ਹੁੰਦੇ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਅੱਲਾਹ ਨੇ ਕਿਸੇ 'ਚ ਜਾਇਦਾਦ ਪਾਈ ਤਾਂ ਤਾਂ ਇਸ ਮੁਕਾਮ 'ਤੇ ਪਹੁੰਚਦੇ ਕੋਈ ਵੀ ਬੁਰਾ ਨਹੀਂ ਹੁੰਦਾ ਅਸੀਂ ਖੁਦ ਨਹੀਂ ਚੰਗੇ ਹਵਾਮ ਨਹੀਂ ਸਹੀ ਜੋ ਕੁਛ ਕਰਦਾ ਹਵਾਮ ਹੀ ਕਰਦਾ ਹਕੂਮਤ ਦਾ ਕੋਈ ਗੁਨਾਹ ਨਹੀਂ ਇਹ ਜਿੰਨਾ ਗੁਨਾਹ ਹੈ ਹਵਾਮ ਦਾ ਹਕੂਮਤ ਦਾ ਕੋਈ ਨਹੀਂ ਅਗਰ ਹਵਾਮ ਸਹੀ ਹੋਈ ਤਾਂ ਹਕੂਮਤ ਵੀ ਸਹੀ ਹੋ ਜਾਏਗੀ ਇਨਸ਼ਾਅੱਲਾ ਇਸ ਤੋਂ ਇਲਾਵਾ ਲੋਡ ਸ਼ੈਡਿੰਗ ਤੰਗ ਆ ਰਹੀ ਹੈ ਲਾਈਟ ਸ਼ੈਡਿੰਗ ਤਾਂ ਅਲਹਮਦੁਲਿਲਾ ਇੱਥੇ ਕੋਈ ਨਹੀਂ ਸੀ ਅੱਜ ਦੂਸਰਾ ਤੀਸਰਾ ਦਿਨ ਸ਼ੁਰੂ ਹੋਈ ਹੈ ਸਿਰਫ ਇਹ ਫੂਡ ਮਹਿਕਮਾ ਜਿਹੜਾ ਇਹਨਾਂ ਬਣਾਇਆ ਇਹ ਬਹੁਤ ਗਲਤ ਕੰਮ ਕੀਤਾ ਜਿਹਨੇ ਵੀ ਕੀਤਾ ਸਾਰੀ ਉਮਰ ਉਹਨੂੰ ਬਦਵਾਈ ਲੱਭਣੀ ਇਹ ਬਹੁਤ ਤੰਗ ਕਰਦੇ ਪਏ ਲੋਕਾਂ ਨੇ ਐਵੇਂ ਨਜਾਇਜ਼ ਤੰਗ ਕਰਦੇ ਗਰੀਬ ਆਦਮੀ ਸ਼ਾਮ ਨੂੰ ਰੁਪਈਏ 400-500 ਕਮਾਉਂਦੇ ਆ ਕੇ ਤਾਂ 5-5-6-6 10-10 ਹਜ਼ਾਰ ਰੁਪਏ ਜੁਰਮਾਨਾ ਕਰ ਛੱਡਦੇ ਇਹ ਕਿਸੇ ਜ਼ਰੂਰਤ ਦੇ ਮੁਤਾਬਕ ਨੇ ਹਰ ਬੰਦਾ ਇਨਸਾਨ ਹੈ ਉਹ ਸਫਾਈ ਨੂੰ ਸਫਾਈ ਸਮਝਦਾ ਗੰਦਗੀ ਨੂੰ ਗੰਦਗੀ ਸਮਝਦਾ ਜਿਹੜਾ ਬੰਦਾ 5 ਵਕਤ ਨਮਾਜ਼ ਪੜ੍ਹਦਾ ਉਹ ਅੱਲਾਹ ਕੋਲ ਡਰਦਾ ਸਮਝਿਓ ਅਤੇ ਇਹ ਕੰਮ ਜਿਹੜੇ ਇਹਨਾਂ ਮਹਿਕਮੇ ਵਿੱਚ ਤੁਨੇ ਨਜਾਇਜ਼ ਮਹਿਕਮੇ ਇਹਨਾਂ ਦਾ ਬੜਾ ਗਲਤ ਕੰਮ ਹੈ ਬਾਕੀ ਠੀਕ ਹੈ ਜੋ ਵੀ ਆਉਂਦਾ ਆਪਣੀ ਜਗ੍ਹਾ ਉਹ ਠੀਕ ਹੁੰਦਾ ਗਲਤੀ ਹਕੂਮਤ ਦੀ ਨਹੀਂ ਹੁੰਦੀ ਸਿਰਫ ਹਵਾਮ ਦੀ ਆਪਣੀ ਹੁੰਦੀ ਅੱਲਾਹ ਤਾਲਾ ਸਭ ਨੂੰ ਹਿਦਾਇਤ ਦੇਵੇ ਆਮੀਨ ਮਿਹਰਬਾਨੀ ਅੱਲਾਹ